ਹੀ ਫੋਰ ਮਿੰਡਰੂ ਕੋ ਦਰਖਤਾਂ ਦੇ ਨਾਲ ਸਜਾ ਦੇਵੇ ਨਾ ਇਹਦਾ ਸੋਹਣਾ ਸੀਨਰੀਆਂ ਹੋਵੇ ਨਾ ਇਤਾ ਸਰ ਪਹਿਲੇ ਤਾਂ ਮੁਸ਼ਕਲਾਂ ਪਾਣੀ ਵਾਲੀ ਹੈ ਠੀਕ ਹੈ ਪਾਣੀ ਕਾ ਨਹੀਂ ਮੁਸਾਫਰ ਬਹੁਤ ਤੰਗ ਦਿਨਨ ਦੂਜਾ ਜਰਾ ਕੰਮ ਇਹ ਤਾਂ ਗਰੀਬ ਹੈ ਨਾ ਫੋਰ ਮਿੰਡਰੂ ਵਿੱਚ ਮੈਂ ਅੱਪਾ ਹੈ ਅੱਪਾ ਹੈ ਓ ਵੱਡੇ ਮਸਲੇ ਦਾ ਪਤਾ ਹੈ ਉਹ ਕਿਹੜਾ ਹਰ ਬੰਦੇ ਕੋ ਪਤਾ ਹੈ ਔਰ ਹਰ ਬੰਦਾ ਉਹ ਵੱਡੇ ਮਸਲੇ ਨੇ ਪਰੇਸ਼ਾਨ ਹੈ ਚਾਹੇ ਮੁਸਾਫਰ ਹੈ ਚਾਹੇ ਮਕਾਮੀ ਬੰਦਾ ਅੱਛਾ ਉਹ ਵੱਡਾ ਮਸਲਾ ਹੈ ਉਹ ਦੱਸੋ ਸਲਾਮ ਅਲੈਕੁਮ ਸੰਗਤ ਕੀ ਹਾਲ ਹੈ ਠੀਕ ਹੋ ਤਕੜੇ ਹੋ ਖਰੀਆ ਤੇ ਖੁਸ਼ ਹੋ ਫਿੱਟ ਹੋ ਅਮਨ ਹੈ ਦੁਆ ਕੋ ਮੈਂ ਕੀ ਦੱਸਾਂ ਜੋ ਮੈਂ ਕਿੱਥਾਂ ਆ ਵਦਾਂ ਲੋਕੇਸ਼ਨ ਲੈ ਦੇ ਪਹੁੰਚ ਸੋ ਮੈਂ ਈ ਟਾਈਮ ਜਨੂਬੀ ਪੰਜਾਬ ਦਾ ਫੋਰਡ ਮਿੰਡਰੂ ਸਿਆਹਤੀ ਮਕਾਮ ਠੱਡਾ ਠਾਰ ਬਿਹਤਰੀਨ ਉੱਥੋਂ ਵਦਾ ਗਿੰਦਾ ਸੰਗਤ ਦੇ ਨਾਲ ਵੜਾਇਆ ਕਸ਼ਮੀਰ ਦਾ ਭਤਰੀਜਾ ਕਸ਼ਮੀਰ ਦਾ ਭਤਰੀਜਾ ਫੋਰਡ ਮਿੰਡਰੂ ਨਗਾਨ ਕਾਗਾਨ ਦਾ ਮਸਾਤ ਹਾਂ ਜ਼ਿੰਦਗੀ ਦਿਖਾ ਰੋਈ ਦੋਸਤੋ ਕਿ ਤੁਸਾਂ ਨਾਰਾਨ ਕਾਗਾਨ ਜਾਂ ਹੀ ਪਾਸੇ ਮਰੀ ਵਾਲੀ ਪਾਸੇ ਵੇਂਦੋ ਉੱਥੇ ਬਹੁਤ ਦਰਖਤ ਹੁੰਦੇ ਉਹਨਾਂ ਦਰਖਤਾਂ ਦਾ ਫਾਇਦਾ ਕਿਆ ਹੁੰਦੇ ਕਿ ਉੱਥੇ ਜ਼ਿਆਦਾ ਬਾਰਿਸ਼ ਤੋਂ ਸਾਰੇ ਦੇ ਪਾਉਂਦੇ ਉੱਥੇ ਨਹੀਂ ਪਿਉਂਦੀ ਹੈ ਮੌਸਮ ਬਿਹਤਰੀਨ ਹੁੰਦਾ ਕਿ ਅਫਸੋਸ ਕਿ ਸਾਰੇ ਜਿਹੜੇ ਇੱਥੋਂ ਦੇ ਮਕਾਮੀ ਨੁਮਾਇੰਦੇ ਹਨ ਜਾਂ ਸਰਦਾਰ ਹਨ ਹੀ ਫੋਰਡ ਮਿੰਡਰੂ ਕੋ ਦਰਖਤਾਂ ਦੇ ਨਾਲ ਸਜਾ ਦੇਵੇ ਨਾ ਇਹਦਾ ਸੋਹਣਾ ਸੀਨਰੀਆਂ ਹੋਵੇ ਨਾ ਇਹਦੇ ਮਾਹੌਲ ਹੋਵੇ ਨਾ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਅਨਾਰੀ ਵਾਲਾ ਰੋਡ ਬਹੁਤ ਹੀ ਮੁਸ਼ਕਲਾਂ ਹੈ ਬਹੁਤ ਹੀ ਮੁਸ਼ਕਲਾਂ ਹੈ ਹਾਲਾਂਕਿ ਉਹ ਤੁਸਾਰੇ ਦੇ ਪਹੁੰਚੋ ਇੱਥੋਂ ਗੁਜ਼ਰ ਕੇ ਵੇਂਦਨ ਬਹੁਤ ਤੰਗ ਹੀ ਰਸਤਾ ਹੈ ਲੋਕ ਵੇਂਦਨ ਲੇਕਿਨ ਕੋਈ ਰੋਡ ਕਹਿ ਨਹੀਂ ਕੋਈ ਨਿਜ਼ਾਮ ਕਹਿ ਨਹੀਂ ਕੋਈ ਸਿਸਟਮ ਕਹਿ ਨਹੀਂ ਇਹਦਾ ਉਹ ਘੁੰਮੇ ਫੋਰ ਮੰਡਰੂ ਦੀ ਸੀਨਰੀ ਔਰ ਅਖਤਰ ਖਾਂ ਮੇਰੇ ਨਾਲ ਖੜੇ ਕੋਈ ਨਾ ਕੋਈ ਤੁਹਾਡੇ ਨਾਲ ਗੱਲਬਾਤ ਕਰੇ ਸੀ ਅਖਤਰ ਖਾਂ ਫੋਰ ਮੰਡਰੂ ਦਾ ਦੱਸੇ ਸੋ ਇੱਥਾਂ ਜਿਵੇਂ ਕਿ ਤੁਸਾਂ ਦੇ ਦੋ ਕਿ ਅੰਦੋ ਇੱਥਾਂ ਤੋਂ ਉਸਾਂ ਲੋਕ ਹੈ ਕੋਈ ਜਾਨੀ ਕਿ ਮੁਸਾਫਿਰ ਜਿਹੜੇ ਲੋਕ ਹੁੰਦੇ ਉਹਨੇ ਉਹ ਕਿਹੜੀ ਕਿਹੜੀ ਚੀਜ਼ ਦੀ ਮੁਸ਼ਕਲਾਂ ਪੇਸ਼ ਆਉਂਦੀ ਹੈ ਜਿਹੜੀਆਂ ਅਹਿਮ ਚੀਜ਼ਾਂ ਹਨ ਇੱਥਾਂ ਸਰ ਪਹਿਲੇ ਤਾਂ ਮੁਸ਼ਕਲਾਂ ਪਾਣੀ ਵਾਲੀ ਹੈ ਠੀਕ ਹੈ ਪਾਣੀ ਕਾ ਨਹੀਂ ਮੁਸਾਫਿਰ ਬਹੁਤ ਤੰਗ ਲੇਕਿਨ ਅਸਾਂ ਇੱਥਾਂ ਲੋਕ ਕੌਣ ਹੁੰਦੇ ਗਰੀਬ ਹੁੰਦੇ ਸਹਿਰੀ ਬਿਰਾਂਦ ਨੇ ਗਰੀਬ ਹਾਂ ਗਰੀਬ ਬਿਰਾਂਦ ਨੇ ਇਹ ਗੱਲ ਹੈ ਮਰੀ ਜਿਹੜੇ ਵੇਂਦੇ ਨੂੰ ਵੱਡੇ ਵੱਡੇ ਲੋਕ ਵੱਡੇ ਗਾਜਿਆਂ 'ਤੇ ਉਹਨਾਂ ਕੇ ਇੱਤੀ ਪੈਸੇ ਹੋਣ ਅਸਾਂ ਲੋਕ ਆਉਂਦੇ ਹਾਂ ਇੱਥਾਂ ਇਹ ਤਾਂ ਗਰੀਬ ਪੈਂਦਾ ਫੋਰ ਮੰਡਰੂ ਵਿੱਚ ਮੈਂ ਅੱਪਾ ਹੈ ਅੱਪਾ ਹੈ ਦੂਸਰਾ ਦਾ ਪੈਟਰੋਲ ਪਵੇਂਦੇ ਅਸਾਂ ਆ ਵੇਂਦੇ ਸੀ ਇੱਥੇ ਅਨਾਲੀ ਵਾਲਾ ਰੋਡ ਦੇਖੋ ਅਜ਼ਾਬ ਹੈ ਜ਼ਲਾਲਤ ਬਣਿਆ ਪਾ ਇੱਥਾਂ ਸਰਦਾਰਾਂ ਨੂੰ ਚਾਹੀਦਾ ਹੈ ਵਾਹ ਰੋਡ ਬਣਾਵਣ ਹਾਂ ਉਹਦੇ ਬਾਅਦ ਦੇਖੋ ਕਿ ਪਾਣੀ ਦਾ ਮਸਲਾ ਹੈ ਰੋਡ ਦਾ ਵੱਡਾ ਜਿਹੜਾ ਮਸਲਾ ਹੈ ਵੱਡਾ ਓ ਵੱਡੇ ਮਸਲੇ ਦਾ ਪਤਾ ਹੈ ਉਹ ਕਿਹੜਾ ਹਰ ਬੰਦੇ ਕੋ ਪਤਾ ਹੈ ਔਰ ਹਰ ਬੰਦਾ ਉਹ ਵੱਡੇ ਮਸਲੇ ਨੇ ਪਰੇਸ਼ਾਨ ਹੈ ਚਾਹੇ ਮੁਸਾਫਿਰ ਹੈ ਚਾਹੇ ਮਕਾਮੀ ਬੰਦਾ ਅੱਛਾ ਉਹ ਵੱਡਾ ਮਸਲਾ ਹੈ ਉਹ ਦੱਸੇ ਸੋ ਅਗਰ ਉਹ ਮਸਲਾ ਹੱਲ ਥੀ ਵੇਂਦੇ ਅੱਛਾ ਤਾਂ ਖੁਦਾ ਦੀ ਕਸਮ ਹੈ ਮੈਂ ਇਹਦਾ ਲੋਕ ਪੂਰਾ ਉਨਹਾਲਾ ਜਿਹੜੇ ਤਲਵੇਂ ਲੋਕ ਹਨ ਉਹ ਵੇਸਣ ਕਹਿਣਾ ਇੱਥਾਂ ਹੀ ਰਹਿ ਵੇਸਣ ਅੱਛਾ ਦੋ ਮੇਨ ਜਿਹੜੀਆਂ ਚੀਜ਼ਾਂ ਹਨ ਜਿਹੜਾ ਫੋਰਡ ਮੰਡਰੂ ਕੋ ਬਹੁਤ ਕਮਜ਼ੋਰ ਔਰ ਨੁਕਸਾਨ ਔਰ ਪਿੱਛੋਂ ਵਾਲੇ ਪਾਸੇ ਸਟਿੰਗ ਆ ਪੈਣ ਜਿਹੜੀ ਵਜ੍ਹਾ ਕਿ ਲੋਕ ਨਹੀਂ ਹੁੰਦੇ ਉਹ ਇਹ ਵਜ੍ਹਾ ਹਨ ਬਿਜਲੀ ਤੇ ਨੈਟ ਜੀਣਾ ਹੈ ਤਾਂ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਹੈ ਬਿਜਲੀ ਦੀ ਤਾਂ ਹੁੰਦੀ ਕਾ ਨਹੀਂ ਦੀਂਦਾ ਬਿਜਲੀ ਹੁੰਦੀ ਕਾ ਨਹੀਂ ਨੈਟ ਕਾ ਨਹੀਂ ਹੁੰਦਾ ਔਰ ਜਿਹੜੇ ਮੁਸਾਫਿਰ ਅੰਦਰ ਬੜੇ ਹੀ ਜ਼ਲੀਲ ਥੀਨਨ ਔਰ ਫੋਨ ਮੇਰਾ ਡੈਕਸ ਉਹ ਬੰਦ ਹੈ ਹਰ ਬੰਦੇ ਦਾ ਬੰਦ ਹੈ ਫਿਰ ਵੱਲ ਆਇਆ ਹੈ ਬਿਜਲੀ ਕੋਈ ਨਹੀਂ ਨੈਟ ਕੋਈ ਨਹੀਂ ਗੁੱਡ ਮਾਰਨਿੰਗ ਦਾ ਮੈਸੇਜ ਕੀਤਾ ਗੁੱਡ ਨਾਈਟ ਦਾ ਟਾਈਮ ਜਵਾਨ ਕੋ ਦੇਰੇ ਵੰਜ ਪੁੱਜਿਆ ਨੇ ਵਧਾ ਇਹ ਕੀ ਹੈ ਮੈਂ ਕਿਹਾ ਮੈਂ ਕੱਢਾਂ ਦਾ ਰਵਾਨਾ ਕੀਤਾ ਅਗਰ ਨੈਟ ਚਲਾਓ ਇਹ ਕਿਰੜੀ ਫਿਰਦੀ ਹੈ ਘੰਟੇ ਤੋਂ ਬਾਅਦ ਯਾਰ ਬਹੁ ਵੱਡੇ ਮਸਲੇ ਨੇ ਇਹਨੇ ਕੋ ਹੱਲ ਕਰਨਾ ਚਾਹੀਦਾ ਅਖਤਰ ਖਾਨ ਅੱਛਾ ਹਾਂ ਰਲ ਮਿਲ ਕੇ ਇਹਦੀ ਆਵਾਜ਼ ਉਠਾਉਣਾ ਚਾਹੀਦੀ ਹੈ ਕਿ ਜਿਵੇਂ ਪਾਣੀ ਠੀਕ ਹੈ ਇਵੇਂ ਨੈੱਟ ਦਾ ਸਿਸਟਮ ਹੈ ਇਵੇਂ ਬਿਜਲੀ ਦਾ ਸਿਸਟਮ ਹੈ ਮੁਸਾਫਿਰ ਜਿਹੜੇ ਅੰਦਰ ਉਹਨੇ ਕੋ ਨਾ ਬਿਜਲੀ ਮਿਲੇ ਨਾ ਉਹਨੇ ਕੋ ਉਹਨੇ ਨੈੱਟ ਹੋਵੇ ਪਿੱਛੇ ਇੰਜੋਏ ਕਰਨ ਦਾ ਮਜ਼ਾ ਕਿਆ ਹੁੰਦਾ ਅਤੇ ਹੀ ਸਾਂਗੇ ਅਸਾਂ ਜੈਸੇ ਕੋਈ ਨੈੱਟ ਦੀ ਸਹੂਲੀਅਤ ਜਾਂ ਕੋਈ ਸਿਸਟਮ ਦਰੁਸਤ ਕੀਤਾ ਵਣੇ ਯਾਰ ਬਲਾ ਸਹੀ ਕੋ ਅਗਾਂ ਬਿਜਲੀ ਦਾ ਕੋਈ ਨਿਜ਼ਾਮ ਸੈਟਅਪ ਕੀਤਾ ਵਣੇ ਔਰ ਪਾਣੀ ਦਾ ਕੋਈ ਸੈਟਅਪ ਕੀਤਾ ਵਣੇ ਤਾਂ ਕਿ ਫੋਰਡ ਮੰਡਰੂ ਕੋ ਚਾਰ ਚਾਂਦ ਲੱਗ ਵਣਨ ਤਾਂ ਕਿ ਬਾਹਰ ਵਾਲੇ ਦੂਰ ਦਰਾਜ ਵਾਲੇ ਲੋਕ ਜੋ ਆਉਣ ਪਤਾ ਲੱਗੇ ਵੇਲੀ ਨਿਮਰੂਈ ਕੋਈ ਚੀਜ਼ ਹੈ ਇਨਸ਼ਾ ਅੱਲਾ ਅਸਾਂ ਆਪਣੀ ਕੋਸ਼ਿਸ਼ ਜਾਰੀ ਕਰੇ ਸੂੰ ਅੱਲਾ ਤਾਲਾ ਸਾਰੇ ਦੋਸਤਾਂ ਕੋ ਸਲਾਮਤ ਰੱਖੇ